ਜਿਸ ਬੰਦੇ ਦੀ ਤੁਸੀਂ ਤਸਵੀਰ ਦੇਖ ਰਹੇ ਹੋ ਟੈਲੀਗ੍ਰਾਮ ਦਾ ਸਭ ਨੂੰ ਪਤਾ ਹੋਣਾ ਟੈਲੀਗ੍ਰਾਮ ਇਨ ਚਲਾਉਂਦੇ ਸੀ ਇਹ ਸੀਈਓ ਸੀਗੇ ਮਾਲਕ ਸੀਗੇ ਤੇ ਇਹਨਾਂ ਨੂੰ ਫਰਾਂਸ ਦੇ ਵਿੱਚ ਜਦੋਂ ਜਾਹਤ ਉਤਰੇ ਤੇ ਨਾਲੇ ਨਾਲ ਪੁਲਿਸ ਫੜ ਕੇ ਲੈ ਗਈ ਅਰੈਸਟ ਕਰ ਲਿਆ ਜੀ ਗ੍ਰਿਫਤਾਰ ਕਰ ਲਿਆ ਪਹਿਲੀ ਗੱਲ ਤਾਂ ਇਹ ਆ ਜੀ ਐਡਾ ਵੱਡਾ ਬੰਦਾ ਹੈਗਾ ਜੀ ਗ੍ਰਿਫਤਾਰ ਕਰ ਲਿਆ ਜੇਕਰ ਤਾਂ ਟੈਲੀਗ੍ਰਾਮ ਕੀ ਹੁਣ ਬੰਦ ਹੋ ਜਾਊਗਾ ਤੇ ਫਰਾਂਸ ਵਾਲਿਆਂ ਨੂੰ ਭਈ ਕੀ ਚੱਕਰ ਸੀਗਾ ਇਹਦੇ ਤੋਂ ਜੇਕਰ ਇਹਨੂੰ ਗ੍ਰਿਫਤਾਰ ਕੀਤਾ ਮੈਂ ਜਿਹੜਾ ਸਿਟੀਜ਼ਨ ਤਾਂ ਹੈ ਰਸ਼ੀਆ ਦਾ ਹੈਗਾ ਉੱਥੋਂ ਦਾ ਜੰਮਿਆ ਪਲਿਆ ਉਹ ਐ ਕਰ ਵੀ ਸਕਦੇ ਆ ਅ ਬ੍ਰੈਡਸਬੇ ਦੇ ਵਿੱਚ ਸਿਟੀਜ਼ਨਸ਼ਿਪ ਬਾਰੇ ਵੀ ਆਪਾਂ ਗੱਲ ਕਰਦੇ ਹਾਂ ਪਹਿਲਾਂ ਥੋੜਾ ਜਿਹਾ ਆਪਾਂ ਕੇਸ ਸਮਝਾ ਦਈਏ ਟੈਲੀਗ੍ਰਾਮ ਬਾਰੇ ਆਪਣੇ ਸਾਰੇ ਦਰਸ਼ਕਾਂ ਨੇ ਸੁਣਨ ਵਾਲਿਆਂ ਨੇ ਸੁਣਿਆ ਹੋਊਗਾ ਟੈਲੀਗ੍ਰਾਮ ਬੜੀ ਇੱਕ ਪਪੂਲਰ ਮੈਸੇਜਿੰਗ ਐਪ ਹੈਗੀ ਹੈ ਪਰ ਮੈਸੇਜਿੰਗ ਤੋਂ ਵੱਧ ਗਿਆ ਇੱਥੇ ਗਰੁੱਪ ਬੰਦੇ ਨੇ ਇਹਦੇ ਉੱਤੇ ਕੰਟੈਂਟ ਸ਼ੇਅਰ ਕੀਤਾ ਜਾਂਦਾ ਸੋ ਇਹ ਜਿਹੜਾ ਪਲੈਟਫਾਰਮ ਹੈ ਬਹੁਤ ਜ਼ਿਆਦਾ ਮਕਬੂਲ ਹੈਗਾ ਯੂਰਪ ਦੇ ਵਿੱਚ ਵੀ ਹੁਣ ਤਾਂ ਖੈਰ ਪੂਰੀ ਦੁਨੀਆ ਦੇ ਵਿੱਚ ਹੈਗਾ ਸੋ ਇਹਨੂੰ ਚਲਾਉਂਦੇ ਹੈਗੇ ਆ ਇਹਨਾਂ ਦੇ ਸੀਈਓ ਕਰਤਾ ਤਰਤਾ ਹੈਗੇ ਆ ਦ ਰੂਬ ਪਵੇਲ ਇਹਨਾਂ ਨੂੰ ਫਰਾਂਸ ਦੇ ਵਿੱਚ ਅਰੈਸਟ ਕਰ ਲਿਆ ਗਿਆ ਕੱਲ ਸੰਡੇ ਨੂੰ ਲੀ ਬੋਗਟ 에ਅਰਪੋਰਟ ਦੇ ਉੱਤੇ ਇਹ ਅਰੈਸਟ ਪਾਈ ਗਈ ਹੈ ਪੈਰਿਸ ਦੇ ਨਾਰਥ ਦੇ ਵਿੱਚ ਇਹ 에ਅਰਪੋਰਟ ਹੈਗਾ ਜੀ ਦਰੋਵ ਪਾਵੇਲ ਪਿੱਛੇ ਦੇ ਵੀ ਖਬਰਾਂ ਦੇ ਵਿੱਚ ਰਹੇ ਆ ਇਹਨਾਂ ਦੀ ਉਮਰ 39 ਸਾਲ ਆ ਜੀ ਇਹ ਬਿਲੀਅਨਅਰ ਪਰਸਨ ਹੈਗਾ ਇਹਦਾ ਪ੍ਰਾਈਵੇਟ ਜੈਟ ਜਿਵੇਂ ਲੈਂਡ ਹੁੰਦਾ ਹੈ ਪੈਰਿਸ ਦੇ ਵਿੱਚ ਇਸ ਨੂੰ ਤੁਰੰਤ ਫ੍ਰੈਂਚ ਅਥਾਰਟिटीज ਦੇ ਵੱਲੋਂ ਕਸਟਡੀ ਦੇ ਵਿੱਚ ਲੈ ਲਿਆ ਜਾਂਦਾ ਅਰੈਸਟ ਕਰ ਲਿਆ ਜਾਂਦਾ ਦਰਅਸਲ ਪਾਵੇਲ ਦੇ ਖਿਲਾਫ ਬ੍ਰਾਟਸਪ ਇੱਕ ਅਰੈਸਟ ਵਾਰੰਟ ਇਸ਼ੂ ਕੀਤਾ ਗਿਆ ਸੀ ਫ੍ਰਾਂਸ ਦੀ ਅਥਾਰਟिटीज ਦੇ ਵੱਲੋਂ ਅਲੀਗੇਸ਼ਨਸ ਇਹ ਲੱਗੇ ਸੀ ਕਿ ਟੈਲੀਗ੍ਰਾਮ ਲਗਾਤਾਰ ਕ੍ਰਿਮੀਨਲ ਐਕਟੀਵਿਟੀਆਂ ਦੀ ਹੱਬ ਬਣਦਾ ਜਾ ਰਿਹਾ ਹੈ ਮਾੜੇ ਅਨਸਰ ਛਾਤਰ ਲੋਕ ਠੱਗ ਲੋਕ ਫਰਾਡਸਟਰ ਸਕੈਮਰ ਇਹਨੂੰ ਤੜਾ ਤੜ ਯੂਜ਼ ਕਰ ਰਹੇ ਆ ਇਵਨ ਕਿ ਟੈਰਰ ਗਰੁੱਪਸ ਦਾ ਵੀ ਇਹ ਫੇਵਰਟ ਪਲੇਟਫਾਰਮ ਹੈਗਾ ਉਹ ਕਹਿੰਦੇ ਕਿ ਮਾੜੇ ਕੰਮਾਂ ਨੂੰ ਅੰਜਾਮ ਕਰਨ ਦੇ ਲਈ ਟੈਲੀਗ੍ਰਾਮ ਦੀ ਯੂਜ਼ ਕਰਦੇ ਲੋਕੀ ਕਮਿਊਨੀਕੇਸ਼ਨ ਦੇ ਲਈ ਡਰਗ ਟ੍ਰੈਫਿਕਿੰਗ ਦੇ ਵਿੱਚ ਇਹ ਯੂਜ਼ ਹੁੰਦਾ ਹੈ ਇਹ ਸਾਰੀਆਂ ਜਿੰਨੀਆਂ ਅਲੀਗੇਸ਼ਨਸ ਦਾ ਮੈਂ ਗੱਲ ਕਰ ਰਿਹਾ ਜੀ ਸਭ ਇਹ ਫ੍ਰੈਂਚ ਅਥਾਰਟिटीज ਦੇ ਵੱਲੋਂ ਲਾਈਆਂ ਗਈਆਂ ਉਹਨਾਂ ਨੇ ਕਿਹਾ ਕਿ ਚਾਈਲਡ ਸੈਕਸ਼ੂਅਲ ਕੰਟੈਂਟ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਟੈਲੀਗ੍ਰਾਮ ਤੇ ਹੀ ਸਰਵ ਕੀਤਾ ਜਾਂਦਾ ਹੈ ਸੋ ਮੇਨਲੀ ਉਹਨਾਂ ਨੇ ਕਿਹਾ ਕਿ ਇਲੈਗਲ ਐਕਟੀਵਿਟੀਜ਼ ਦੀ ਇਹ ਹੱਬ ਹੈ ਇਸ ਤੋਂ ਬਾਅਦ ਉਹ ਕਹਿੰਦੇ ਕਿ ਅਸੀਂ ਟੈਲੀਗ੍ਰਾਮ ਨੂੰ ਬਹੁਤ ਵਾਰੀ ਇਹਦੇ ਬਾਬਤ ਲਿਖ ਚੁੱਕੇ ਹਾਂ ਬਹੁਤ ਵਾਰੀ ਅਗਾਹ ਕਰਾ ਚੁੱਕੇ ਹਾਂ ਕਿ ਇਸ ਮਾਮਲੇ ਦੇ ਉੱਤੇ ਤੁਸੀਂ ਥੋੜੀ ਜਿਹੀ ਚੂੜੀ ਕੱਸੋ ਇਸ ਪਲੇਟਫਾਰਮ ਨੂੰ ਸਿਕਿਉਰ ਕਰੋ ਸਾਰਥਕ ਹੱਲ ਕੱਢੋ ਕੁਝ ਮੈਜਰਸ ਲਾਓ ਕੋਈ ਨਾ ਕੋਈ ਸਿਕਿਉਰਟੀ ਫਿਲਟਰ ਤੁਸੀਂ ਲਾਓ ਤਾਂ ਕਿ ਇਹ ਜਿਹੜੇ ਮਾੜੇ ਲੋਕ ਆ ਇਹਨਾਂ ਤੋਂ ਇਹ ਬਚ ਸਕੇ ਤੇ ਉਹਨਾਂ ਦਾ ਕਹਿਣਾ ਕਿ ਇਹਨਾਂ ਨੇ ਅਜੇ ਤੱਕ ਇਸ ਮਾਮਲੇ ਦੇ ਵਿੱਚ ਕੋਈ ਵੀ ਐਕਸ਼ਨ ਨਹੀਂ ਲਿਆ ਹੁਣ ਆਪਾਂ ਗੱਲ ਕਰਦੇ ਆ WhatsApp ਇਹਨਾਂ ਅਲੀਗੇਸ਼ਨਸ ਦੇ ਵਿੱਚੋਂ ਕਿੰਨੇ ਕ ਸੱਚ ਆ ਇਹ ਗੱਲ ਬਿਲਕੁਲ ਸੱਚੀ ਆ ਚਾਹੇ ਤੁਸੀਂ US ਦੇ ਵਿੱਚ ਦੇਖ ਲੋ ਚਾਹੇ ਕਿਸੇ ਹੋਰ ਕੰਟਰੀ ਦੇ ਵਿੱਚ ਟਰੇਡਿੰਗ ਨਾਲ ਰਿਲੇਟਡ ਬੜੇ سارے ਗਰੁੱਪ ਬਣ ਕੇ ਤੁਹਾਨੂੰ ਆਪਣੇ ਆਪ ਹੀ ਐਡ ਕਰ ਲੈਂਦੇ ਆ ਕਿਉਂਕਿ ਇਹਦੇ ਉੱਤੇ ਇਸ ਬਾਰੇ ਕੋਈ ਸਿਕਿਉਰਿਟੀ ਨਹੀਂ ਲੱਗੀ ਹੋਈ ਕੋਈ ਵੀ ਬੰਦਾ ਤੁਹਾਡਾ ਨੰਬਰ ਭਰ ਕੇ ਤੁਹਾਨੂੰ ਮੈਸੇਜ ਕਰ ਸਕਦਾ ਬਹੁਤ ਮਾੜੀ ਕਿਸਮ ਦੇ ਕੰਟੈਂਟ ਈਵਨ ਕਿ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਪੰਜਾਬੀ ਕਈ ਇੰਸਟਾਗ੍ਰam ਪੇਜ ਹੈਗੇ ਨੇ ਲੋਕਾਂ ਦੀਆਂ ਕੰਪਰੋਮਾਈਜ਼ਡ ਵੀਡੀਓਜ਼ ਆਪਣੇ ਇੰਸਟਾਗ੍ਰam ਪੇਜ ਦੇ ਉੱਤੇ ਪਾਉਂਦੇ ਨੇ ਉੱਤੇ ਇਮੋਜੀਜ਼ ਲਾ ਕੇ ਵੀ ਵੇਖਣ ਵਾਲੇ ਨੂੰ ਪਤਾ ਲੱਗ ਜੇ ਕਿ ਵੀਡੀਓ ਵਿੱਚ ਕੁਝ ਨਾ ਕੁਝ ਮਾੜਾ ਹੋ ਰਿਹਾ ਥੱਲੇ ਲਿਖ ਦਿੰਦੇ ਆ ਲਿੰਕ ਇਨ ਬਾਇਓ ਜਦੋਂ ਲਿੰਕ ਨੂੰ ਕੋਈ ਅਗਲਾ ਕਲਿੱਕ ਕਰਦਾ ਉਹ ਸਿੱਧਾ ਟੈਲੀਗ੍ਰam ਦੇ ਇੱਕ ਗਰੁੱਪ 'ਚ ਜਾ ਖੁੱਲਦਾ ਸੋ ਇਸ ਤਰੀਕੇ ਨਾਲ ਪੰਜਾਬ ਦੇ ਵਿੱਚ ਵੀ ਕੁਝ ਮਾੜੇ ਕਿਸਮ ਦੇ ਅਨਸਰ ਬੈਠੇ ਹੋਏ ਆ ਜਿਹੜੇ ਟੈਲੀਗ੍ਰਾਮ ਦੇ ਸਹਾਰੇ ਇਹ ਮਾੜੇ ਕੰਮ ਕਰਦੇ ਨੇ ਸੋ ਇੱਥੇ ਕੋਈ ਸ਼ੱਕ ਨਹੀਂ ਜਿਹੜੇ ਇਹਨਾਂ ਦੇ ਉੱਤੇ ਦੋਸ਼ ਲਾਈ ਸੀ ਫਰਾਂਸ ਦੀਆਂ ਅਥਾਰਟिटीज ਨੇ ਬਹੁਤੇ ਦੋਸ਼ੀ ਦੇ ਵਿੱਚੋਂ ਸੱਚੇ ਲੱਗਦੇ ਨੇ ਟੈਲੀਗ੍ਰਾਮ ਨੇ ਦੂਜੇ ਪਾਸੇ ਕਿਹਾ ਕਿ ਅਸੀਂ ਬਹੁਤ ਸਾਰੇ ਪ੍ਰੋਬਲਮੈਟਿਕ ਗਰੁੱਪਸ ਨੂੰ ਹਟਾਇਆ ਵੀ ਹੈ ਹਾਰਮਫੁਲ ਕੰਟੈਂਟ ਵੀ ਅਸੀਂ ਰਿਮੂਵ ਕੀਤਾ ਹੈ ਫਰਾਂਸ ਦਾ ਇਹ ਕਹਿਣਾ ਸੀ ਕਿ ਯੂਕੇ ਦੇ ਵਿੱਚ ਜੋ ਕੁਝ ਵਾਪਰਿਆ ਉੱਥੇ ਇੱਕ ਜ਼ਿੰਮੇਵਾਰ ਤਾਂ ਐਕਸ ਹੈਗਾ ਜਿਹਨੂੰ ਪਹਿਲਾਂ ਟਵਿੱਟਰ ਕਹਿੰਦੇ ਸੀ ਦੂਜਾ ਜਿਮੇਵਾਰ ਟੈਲੀਗ੍ਰਾਮ ਟੈਲੀਗ੍ਰਾਮ ਦੇ ਗਰੁੱਪਾਂ ਦੇ ਜ਼ਰੀਏ ਇਹ ਹੰਸਾ ਫਲਾਈ ਗਈ ਹੈ ਸੋ ਇਸ ਸਾਰੇ ਕਾਸੇ ਦੇ ਮਾਮਲੇ ਵਿੱਚ ਉਹਨਾਂ ਨੇ ਜਦੋਂ ਦੇਖਿਆ ਕਿ ਇਹ ਨਹੀਂ ਕੋਈ ਐਕਸ਼ਨ ਲੈ ਰੇ ਤਾਂ ਫਿਰ ਉਹਨਾਂ ਨੇ ਦਰੋਪ ਪਵੇਲ ਨੂੰ ਅਰੈਸਟ ਕਰ ਲਿਆ ਦੂਜੀ ਗੱਲ ਤੇ ਆਉਣੀ ਹੈ ਜੀ ਤੁਸੀਂ ਸਵਾਲ ਕੀਤਾ ਸੀ ਕਿ ਇਹ ਸਿਟੀਜ਼ਨ ਕਿੱਥੋਂ ਦਾ ਹੈ ਇਹ ਬ੍ਰਾਟਸਾਪ ਜੰਮਿਆ ਪਲਿਆ ਰਸ਼ੀਦ ਰਸ਼ੀਆ ਦਾ ਹੈਗਾ ਪਰ ਇਹਦੇ ਕੋਲੇ ਜਿਹੜੀ ਸਿਟੀਜ਼ਨਸ਼ਿਪ ਡੁਅਲ ਸਿਟੀਜ਼ਨਸ਼ਿਪ ਆ ਇੱਕ ਫਰਾਂਸ ਦੀ ਦੂਜੀ ਯੂਏਈ ਦੀ ਬਹੁਤਾ ਕਰਕੇ ਇਹ ਦੁਬਈ ਦੇ ਵਿੱਚ ਰਹਿੰਦਾ ਹੈ ਤੇ ਰਸ਼ੀਆ ਦੇ ਨਾਲ ਇਹਦਾ ਕੁਝ ਰੌਲਾ ਪੈ ਗਿਆ ਸੀਗਾ ਡਾਟਾ ਸ਼ੇਅਰ ਦੇ ਮਸਲੇ ਦੇ ਵਿੱਚ ਇਸ ਕਰਕੇ 2018 ਤੋਂ ਇਹਦਾ ਜਿਹੜਾ ਟੈਲੀਗ੍ਰam ਹੈਗਾ ਰੂਸ ਨੇ ਬੈਨ ਕਰ ਦਿੱਤਾ ਸੀ ਹਾਲਾਂਕਿ 2021 ਦੇ ਵਿੱਚ ਇਹਨਾਂ ਦਾ ਸਮਝੌਤਾ ਹੋ ਗਿਆ 2021 ਤੱਕ ਇਹ ਬੈਨ ਰਿਹਾ 2021 ਤੋਂ ਬਾਅਦ ਰਸ਼ੀਆ ਨੇ ਬੈਨ ਹਟਾ ਦਿੱਤਾ ਜੀ ਬ੍ਰਾਦਰ ਬਿਲਕੁਲ ਜੀ ਇੱਥੇ ਜੇ ਆਪਾਂ ਗੱਲ ਕੀਤੀ ਜਾਵੇ ਵੀ ਇਹੋ ਜਿਹਾ ਕੰਟੈਂਟ ਬਥੇਰਾ ਟੈਲੀਗ੍ਰam ਤੇ ਹੁੰਦਾ ਜਿਹੜਾ ਹੋਰ ਕਿਸੇ ਐਪਾਂ ਦੇ ਵਿੱਚ ਨਹੀਂ ਹੋ ਸਕਦਾ ਇਸ ਤਰ੍ਹਾਂ ਦੇ ਗੰਦਾ ਕੰਟੈਂਟ ਵੀ ਪਾਇਆ ਜਾਂਦਾ ਤੇ ਜਿਵੇਂ ਤੁਸੀਂ ਦੱਸਿਆ ਵੀ ਇਹ ਜਿਹੜਾ ਹਾਰਮਫੁਲ ਹੈਗਾ ਉਹ ਵੀ ਸ਼ੇਅਰ ਹੁੰਦਾ ਹੋਣਾ ਬਾਕੀ ਹਜ਼ਾਰਾਂ ਹੀ ਬੰਦੇ ਇਸ ਚ ਗਰੁੱਪ ਬਣ ਜਾਂਦੇ ਤੇ ਜਿਹੜਾ ਕੰਟੈਂਟ ਰਹਿੰਦਾ ਤੇ ਉਹ ਲਗਾਤਾਰ ਹੀ ਰਹਿੰਦਾ ਸਰਵਰ ਤੇ ਇਹ ਨਹੀਂ ਹੈਗਾ ਵੀ ਤੁਸੀਂ ਡਿਲੀਟ ਲੂਟ ਹੋ ਜਾਂਦਾ ਤੇ ਕਈ ਤਾਂ ਇਹ ਫਾਈਲਾਂ ਫੁੱਲਾਂ ਦੇ ਇੱਕ ਦੂਜੇ ਦੇ ਲੈਣ ਦੇਣ ਲਈ ਵੀ ਕਰਦੇ ਹੈਗੇ ਆ ਤਾਂ ਜੇਕਰ ਇਹਨਾਂ ਦੀ ਅਰੈਸਟ ਹੋ ਗਈ ਇਸ ਤਰ੍ਹਾਂ ਇਹਨਾਂ ਨੇ ਚੀਜ਼ਾਂ ਹਟਾ ਤੀਆਂ ਤਾਂ ਕੀ ਫਿਰ ਟੈਲੀਗ੍ਰਾਮ ਦਾ ਬੋਲਬਾਲਾ ਉਨਾ ਹੀ ਰਹੂਗਾ ਕਿ ਘਟਜੂਗਾ ਕਿਉਂਕਿ ਟੈਲੀਗ੍ਰਾਮ ਲੋਕ ਯੂਜ਼ ਕਰਦੇ ਆ ਇਸੇ ਕਰਕੇ ਕਰਦੇ ਆ ਇਸੇ ਕਰਕੇ ਯੂਜ਼ ਹੁੰਦਾ ਇੰਨਾ ਚੀਜ਼ਾਂ ਕਰਕੇ ਬਟਸਬ ਇਥੇ ਫਿਲਟਰ ਲੱਗਣੇ ਬੜੇ ਜ਼ਰੂਰੀ ਆ ਜਿਵੇਂ ਹੁਣ ਹਰ ਇੱਕ ਨੂੰ ਪਤਾ ਕਿ ਇਹ ਫਾਈਲ ਸ਼ੇਅਰ ਕਰਨ ਦੇ ਲਈ ਯੂਜ਼ ਕੀਤਾ ਜਾਂਦਾ ਪਰ ਜਿਹੜੀ ਤਾਂ ਮੰਨ ਲਓ ਕਿ ਦੋ ਇੰਡੀਵਿਜੂਅਲਸ ਆਪਸ ਦੇ ਵਿੱਚ ਫਾਈਲ ਸ਼ੇਅਰ ਕਰ ਰਹੇ ਆ ਉਹਦੇ ਬਾਰੇ ਤਾਂ ਠੀਕ ਆ ਕਿ ਉਹ ਜਿਵੇਂ ਦੀ ਮਰਜ਼ੀ ਸ਼ੇਅਰ ਕਰਨ ਉਹਨਾਂ ਦੀ ਇੱਛਾ ਹੈ ਪਰ ਜਦੋਂ ਗਰੁੱਪਸ ਦੇ ਵਿੱਚ ਆਉਂਦੀ ਹੈ ਤਾਂ ਉਹਦੇ ਤੇ ਕੋਈ ਨਾ ਕੋਈ ਇਹਨਾਂ ਨੂੰ ਆਟੋਮੇਟਿਡ ਬੋਟ ਵਗੈਰਾ ਲੱਗੇ ਹੋਣੇ ਚਾਹੀਦੇ ਕੋਈ ਐਲਗੋਰਿਦਮ ਇਸ ਕਿਸਮ ਦਾ ਬਿਠਾਉਣਾ ਕਿ ਜਦੋਂ ਪਤਾ ਲੱਗੇ ਕਿ ਉਹ ਮੜਾ ਕੰਟੈਂਟ ਆ ਗਲਤ ਲੈਂਗੁਏਜ ਯੂਜ਼ ਹੋਈ ਹੈ ਜੇ ਗਲਤ ਫੋਟੋਸ ਤੇ ਵੀਡੀਓਜ਼ ਉਹਦੇ ਵਿੱਚ ਹੈਗੀਆਂ ਨੇ ਤਾਂ ਤੁਰੰਤ ਉਸ ਗਰੁੱਪ ਨੂੰ ਹੀ ਰਿਮੂਵ ਕਰ ਦੇਣਾ ਚਾਹੀਦਾ ਸੋ ਇਸ ਕਿਸਮ ਦੀ ਸਿਕਿਉਰਿਟੀ ਤਾਂ ਬੜੀ ਮਸਤੀ ਆ ਦੀ ਇਹਦੇ ਇਹੀ ਕਾਰਨ ਆ ਕਿ ਜਿਹੋ ਜੇ ਮਰਜ਼ੀ ਤੁਸੀਂ ਵਰਡ ਲਿਖ ਕੇ ਭੇਜ ਦਿੰਦੇ ਹੋ ਤੁਸੀਂ ਦੇਖੋ ਕਦੇ ਇੱਕ ਮਾੜਾ ਜਿਹਾ ਵਰਡ ਵੀ ਹੀਠਾਂ ਉੱਤੇ ਹੋ ਜਾਂਦਾ ਜੇ YouTube ਦੇ ਉੱਤੇ ਨਾਲ ਦੀ ਨਾਲ ਸਾਡੀ ਵੀਡੀਓ ਦੇ ਉੱਤੇ ਜਿਹੜਾ ਹੈਗਾ ਉਹ ਕੈਪ ਲੱਗ ਜਾਂਦਾ ਇਸੇ ਤਰੀਕੇ ਨਾਲ ਇੰਸਟਾਗ੍ਰam ਰੀਚ ਖਤਮ ਕਰ ਦਿੰਦਾ ਟਿਕਟੌਕ ਤਾਂ ਉਹ ਵੀਡੀਓ ਨੂੰ ਬਲੌਕ ਹੀ ਕਰ ਦਿੰਦਾ ਸੋ ਬੋਥ ਜਿੰਨੇ ਵੀ ਬਾਕੀ ਦੇ ਸੋਸ਼ਲ ਮੀਡੀਆ ਪਲੇਟਫਾਰਮਸ ਆ ਬਹੁਤ احتیاط ਵਰਤਦੇ ਆ ਇਵਨ ਤੁਸੀਂ ਕੰਟੈਂਟ ਛੱਡੋ ਵਰਡ ਵੀ ਗਲਤ ਯੂਜ਼ ਕਰ ਲੋਗੇ ਪਰ ਇੱਥੇ ਪੂਰੀ ਖੁੱਲੀ ਛੁੱਟੀ ਦਿੱਤੀ ਹੋਈ ਆ ਟੈਲੀਗ੍ਰam ਦੇ ਉੱਤੇ